ਫਾਜ਼ਿਲਕਾ ਦੇ ਅਜੀਮਗੜ੍ਹ ਦੇ ਵਿੱਚ ਇੱਕ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਹੈ। 20-25 ਨੌਜਵਾਨਾਂ ਨੇ ਹਮਲਾ ਕਰਕੇ ਉਸ ਤੇ ਇਸ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਉਸ ਨੂੰ ਘਰੋਂ ਬੁਲਾ ਕੇ ਉਸ ਦਾ ਕਤਲ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਸੁਨੀਲ ਕੁਮਾਰ ਪੁੱਤਰ ਭਜਨ ਲਾਲ ਪਿੰਡ ਅਜੀਮਗੜ੍ਹ ਸਲੂਨ ਦੇ ਵਿੱਚ ਕੰਮ ਕਰਦਾ ਸੀ। ਲੰਘੀ ਰਾਤ ਨੂੰ ਕੁਝ ਨੌਜਵਾਨ ਉਸ ਦੇ ਘਰ ਆਏ ਅਤੇ ਉਸ ਨੂੰ ਘਰੋਂ ਬਾਹਰ ਬੁਲਾ ਕੇ ਗੱਲਾਂ ਵਿੱਚ ਥੋੜ੍ਹੀ ਦੂਰ ਲਿਜਾ ਕੇ ਉਸ 'ਤੇ ਹਮਲਾ ਕਰ ਦਿੱਤਾ ਅਤੇ ਬਾਅਦ 'ਚ ਉਸਦਾ ਤੇਜ਼ ਧਾਰ ਹਥਿਆਰਾਂ ਨਾਲ ਕਤਲ ਹੀ ਕਰ ਦਿੱਤਾ, ਜਿਸ ਤੋਂ ਬਾਅਦ ਹੁਣ ਪੁਲਿਸ ਨੇ ਮਾਮਲੇ ਦੀ ਜਾਂਚ ਆਰੰਭ ਦਿੱਤੀ ਹੈ ਅਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਦੋਸ਼ੀਆਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਉਸਦਾ 1.5 ਸਾਲ ਪਹਿਲਾਂ ਹੀ ਵਿਆਹ ਹੋਇਆ ਹੈ ਅਤੇ ਉਸਦੀ 3 ਮਹੀਨੇ ਦੀ ਇੱਕ ਬੱਚੀ ਵੀ ਹੈ। ਕੀ ਨਾਮ ਕੀ ਹੈ ਔਰ ਕੀ ਗੱਲ ਹੋਈ ਹੈ ਤੁਹਾਡੇ ਭਰਾ ਨਾਲ? ਸਾਡੇ ਮੇਰੇ ਭਰਾ ਦੀ ਉਹਨਾਂ ਦੇ ਨਾਲ ਕੋਈ ਮਾੜੀ ਮੋਟੀ ਵੰਡਾਏ ਅਤੇ ਕੋਈ ਲੜਾਈ ਲੜੂ ਹੋਈ ਸੀ ਮੇਰੇ ਭਰਾ ਦੀ, ਤਾਂ ਉੱਥੋਂ ਉਹਨਾਂ ਨੇ ਲੜਾਈ ਲੜੂ ਹੋਈ ਸੀ, ਪਰਚੇ ਕੋਈ ਅਫਸਰ 'ਚ ਹੋ ਗਿਆ ਸੀ ਰਾਜੀਨਾਮਾ, ਉਹ ਕਹਿੰਦੇ ਸੀ ਹੋਸਪਿਟਲ 'ਚ ਦਾਖਲ ਹੋਏ ਸੀ ਵੀ ਤੇਰੀ ਲੱਤਾਂ ਵੱਢਾਂਗੇ, ਤੈਨੂੰ ਕੱਟਾਂਗੇ, ਅਸੀਂ ਵੀ ਅਸੀਂ ਰਾਜੀਨਾਮਾ ਨਹੀਂ ਕਰਦੇ ਇਹ ਕਰਕੇ, ਤਾਂ ਹੁਣ ਮੇਰੇ ਭਰਾ ਨੂੰ ਘਰੋਂ ਬੁਲਾ ਕੇ ਫੋਨ ਕਰਕੇ ਬੁਲਾ ਕੇ ਆਰਾਮ ਨਾਲ ਲਿਜਾ ਕੇ ਤੇ ਘਰ ਤੋਂ ਚੌਥੇ ਚੌਂਕੜੇ ਲਿਆ ਕੇ ਮੇਰੇ ਭਰਾ ਦੇ ਕੱਪ ਦੇ ਉੱਤੇ ਮਾਰ ਦਿਨ ਨੂੰ ਹੋ ਗਈ। ਕੌਣ ਕੌਣ ਸੀ, ਕਿੱਥੋਂ ਦੇ ਰਹਿਣ ਵਾਲੇ ਹੋ? ਜਿਮਗੜ੍ਹ ਦੇ ਰਹਿਣ ਵਾਲੇ। ਤੁਹਾਡੇ ਭਰਾ ਦਾ ਕੀ ਨਾਮ ਕੀ ਹੈ? ਪਾਇਆ ਸੁਨੀਲ ਪਾਇਆ। ਤੇ ਰਹਿੰਦਾ ਕਿੱਧਰ ਹੈ? ਉਹ ਨਿਆਵਤੀ ਦਾਸ ਨੰਬਰ। ਪਿਤਾ ਦਾ ਕੀ ਨਾਮ ਹੈ? ਭਜਨ ਨਾਮ। ਤੇ ਉਮਰ ਕਿੰਨੀ ਕੁ ਹੁੰਦੀ? ਉਮਰ ਤੇਰੇ ਬਰਦਰ ਦੀ? ਮੇਰੇ ਬਰਦਰ ਦੀ ਹੋਈ ਕੋਈ 20-30 ਸਾਲ ਦੀ। ਕੰਮ ਕੀ ਕਰਦਾ? ਕੰਮ ਸਲੂਨ ਦਾ ਕਰਦਾ ਨਾਲ ਦੇ। ਜਿਮ ਸਰ ਇੱਕ ਮਰਡਰ ਹੋਇਆ, ਕੀ ਮਾਮਲਾ ਹੈ ਔਰ ਕੀ ਤਫਤੀਸ਼ ਕੋਈ ਸਾਹਮਣੇ ਆਇਆ ਜੀ? ਸੁਨੀਲ ਕੁਮਾਰ ਹੈਗਾ ਪੁੱਤਰ ਭਜਨ ਲਾਲ, ਇਹ 25-25 ਸਾਲ ਦੀ ਉਮਰ ਹੈਗੀ ਹੈ, ਨਵੀਂ ਆਬਾਦੀ ਦਾ ਰਹਿਣ ਵਾਲਾ ਹੈਗਾ। ਇਹਨੂੰ ਕੁਛ ਅਣਪਛਾਤੇ ਵਿਅਕਤੀਆਂ ਨੇ ਜਿਹੜਾ ਕਾਪੇ ਵਗੈਰਾ ਮਾਰ ਕੇ ਕਤਲ ਕੀਤਾ। ਹੋਸਪਿਟਲ ਆਏ ਆ, ਉਹਦੇ ਪਰਿਵਾਰ ਨੂੰ ਮਿਲ ਰਹੇ ਆ, ਜੋ ਬਿਆਨ ਲਿਖਾਣਗੇ ਅਤੇ ਉਹ ਬੰਦੀ ਕਰ ਲਈ। ਕੋਈ ਪਤਾ ਲੱਗਿਆ CCTV ਫੁਟੇਜ? ਅਜੇ ਤਾਂ ਤੁਹਾਡੇ ਸਾਹਮਣੇ ਆਏ ਆ, ਇਹ ਬਿਆਨ ਲਿਖਾਣਗੇ, ਜਿੱਥੇ ਹੋਇਆ ਹੈਗਾ ਜਾ ਕੇ ਦੇਖਾਂਗੇ, ਪਹਿਲੇ ਉਹ ਵੀ ਦੇਖਾਂਗੇ, ਜਿੱਥੇ CCTV ਹੈਗੀ ਉਹ ਦੇਖਾਂਗੇ, ਚੈੱਕ ਕਰਾਂਗੇ ਕਿਹਦੇ ਬਿਆਨ ਆ ਰਹੇ, ਕਿਹਨੇ ਮਾਰਿਆ, ਕੀ ਇਹਨਾਂ ਦੀ ਰੰਜਿਸ਼ ਹੈ, ਉਹ ਸਾਰੇ ਚੈੱਕ ਕਰਾਂਗੇ। ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਊਗੀ ਲੋਕਾਂ ਦੇ ਜਿਹੜੇ ਇਸ ਮਾਮਲੇ 'ਚ? 302 ਦਾ ਪਰਚਾ ਦਰਜ ਕਰਾਂਗੇ, ਕਤਲ ਦਾ ਪਰਚਾ ਦਰਜ ਕਰਾਂਗੇ, ਮਾਫ਼ ਕਰਨ ਵਾਲੀ ਥੋੜ੍ਹੀ ਚੀਜ਼ ਹੈਗੀ, ਬਹੁਤ ਜ਼ਿਆਦਾ ਜਿਹੜਾ ਹੈਗਾ ਇਹ। ਫਾਜ਼ਿਲਕਾ ਤੋਂ ਰਣਜੀਤ ਸਿੰਘ ਦੀ ਰਿਪੋਰਟ, ਪੰਜਾਬ ਟੂਡੇ।